ਤੁਸੀਂ ਸ਼ਾਦੀ ਦਾ ਫੰਕਸ਼ਨ ਬੁੱਕ ਕਰਾਣਾ? ਐਕਸਕਿਊਜ਼ ਮੀ, ਉਹ ਤੋੜੀ ਨਾ ਲਵੀ, ਹਰਾਮ ਦੇ ਆ ਪਰੇ ਹੋ ਜਾ। ਆਪਨੇ ਮੇਰੇ ਡਾਕੂਮੈਂਟਸ ਕੋ ਟੱਚ ਨਹੀਂ ਕਰਦੇ। ਓਏ ਆ ਤੇ ਬਾਜੀ ਨਗਮਾ ਨੂੰ ਵੀ ਕ੍ਰਾਸ ਕਰ ਗਈ ਆ। ਇਹ ਪੜ੍ਹੀ ਲਿਖੀ ਐਮਏ ਤਾਲੀਮਾ ਜੀ। ਅੱਛਾ ਜੀ, ਪੜ੍ਹੇ ਲਿਖੇ ਹੋ? ਜੀ ਜੀ। ਇਹ ਸਾਡੇ ਸਵਾਲ ਦਾ ਜਵਾਬ ਦਿਓਗੇ ਜੀ? ਪੁੱਛ ਲਓ, ਪੁੱਛ ਲਓ। ਬੋਲੇ ਇਹ ਕਾਦੀ ਆਵਾਜ਼ ਆ? अपनी जवानी बारे दे चार चार औरतां रखियां तुसी? हां, कठियां चार 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 चौरी मन ना मन तू सुन करन वाला स्प्रे कदे जुबान ते लाउना देना आपे को वाकई कंजरी दा पोता वे। ओए ओनु पता सिर्फ इस गल दा ते तू सारे नु तेला दस ए किन्ने क रह गए मेनू भी दस दे मैं किन्नी क बारी होर कंजरी दा होणा। ओए तू हुण ता याद ली मेरी दुआ ना जी है ए जी थी चुदलानी है ये फैसलाबाद आई है पुछो तेरा कैसा पाया? फैसलाबाद के लोग कैसे लगे थानू? हाँ जी बड़े अच्छे लोग। अब 5 मिनट पहला आ जाती हूँ तो कुत्ता बनता है। फैसलाबाद की एक गल बड़ी मशहूर है। केड़ी? तू इतने बह में 2 मिनट चाया ये नहीं आते फिर ये तो नैट से कुड़ी मंगा लेना है नैट से कुड़ी मंगवा लो सारी रात उन्हें ये पुछते रहते हैं आ जिहड़ा काम करदी कुछ बचता भी आ। अगो कुड़ियां रो रो के कहंदियां सानू कुछ बचता होवे साडा भरा रक्षा ही चलावे। चलो चोरी सारे वापस ला लो आ जिन्ना कि मैं सी उन्ना तू भी निकल आया। ਚੋਰੀ ਤੂੰ ਕਿਹਾ ਨਾ ਕਰ ਤੂੰ 1000 ਅੱਗੇ ਕਰਿਆ ਕਰ ਮੈਂ ਸਮਝ ਜਾਂਦਾ। ਹਾਂਜੀ ਜੇ ਸਰ ਕੁੜੀਆਂ ਚਾਹੀਦੀਆਂ ਚਾਰ ਚਾਰ ਕੁੜੀਆਂ ਲੈ ਆਵਾਂਗੇ ਚਾਰ ਇਹ ਕਿਹੜੀ ਗੱਲ ਆ ਕੇ ਸੋਹਣੀਆਂ ਹੋਵੇ ਮੂੰਹ ਮੱਥੇ ਲੱਗਦੀਆਂ ਹੋਵੇ ਚੰਗੀਆਂ ਆਲ ਰਾਉਂਡਰ ਚਾਹੀਦੀਆਂ 3 ਪੀਸ। ਹਾਂ 3 ਪੀਸ ਬੱਟਾ ਇਹ ਤਾਂ ਨਗਮਾ ਕੰਜਰੀ ਦਾ ਆ ਵੇ ਤੈਨੂੰ 3 ਪੀਸ ਦਾ ਹੀ ਪਤਾ ਹੈ ਯਾਰ ਹੈ। ਹਾਂ ਅਜੇ ਸਰ ਬਸ ਤੁਹਾਡੀ ਜਿਹੜੀ ਜਨਾ 3 ਪੀਸ ਸੀ ਉਹ ਤਾਂ 4 ਪੀਸ ਹੋਣ ਨੂੰ ਫੇਟੀ ਸੀ ਉਹਨੂੰ ਸਰਾਗ ਨਹੀਂ ਸੀ ਲੱਭਦਾ। ਜੀ ਜੀ ਸਾਹਿਬ ਜੀ। ਹਾਂਜੀ ਤੇ ਹੁਣ ਇਹਦਾ ਤੇ ਗੱਲ ਇਹ ਆ ਕਿ ਅਸੀਂ ਤਿਆਰੀ ਫੜ ਲੈਂਦੇ ਆ ਫੰਕਸ਼ਨ ਦੀ। ਲਿਓ ਜੀ ਦੱਸੋ ਕਿੱਡੇ ਕਿੱਡੇ ਕਰਨੇ ਕਿੱਡੇ ਕਿੱਡੇ ਇਹ ਦੱਸੋ। ਓਏ 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 ਭਈਆ ਆ ਕਰ ਲਈ ਵੀ ਅੱਗੇ ਉਹਨੇ ਇਮਲੀ ਖਾ ਕੇ ਬੜੇ ਬੜੇ ਕੀਤਾ ਤੇ ਕਹਿੰਦਾ ਕਿੱਡੇ ਕਿੱਡੇ ਕਰ ਲੈ। ਓਏ ਹੱਸਦੇ ਆ ਹੋਰ ਕੀ ਉਹ ਵਾਲਾਂ ਦੀ ਗੱਲ ਹੋਣ ਲਈ ਆ। ਅੱਛਾ ਵਾਲਾਂ ਦੀ ਗੱਲ ਆ ਮੈਂ ਕਹਾ ਉਹ ਵਾਲਾਂ ਦੀ ਗੱਲ ਪਤਾ ਨਹੀਂ। ਹਾਂਜੀ ਤੁਸੀਂ ਕਹੋ ਜੀ ਉਹ ਚੌਰੀ ਬੜੀ ਜਨਾਨੀ ਆ ਐਡਾ ਕੱਦ ਓਏ ਪਹਿਲੇ ਨੈਣ ਨਕਸ਼ਾ ਜਿਹੜੇ ਮੇਰੇ ਬਿਲਕੁਲ ਆਹਮਣੇ ਸਾਹਮਣੇ ਆਏ ਆ ਔਰ ਚੌਰੀ ਰੁਪਿਆ 5000 ਦਊਂ ਆ ਵੀ ਫਰਕ ਕੱਢਦੇ ਓਏ ਇਹ ਸਾਲੇ ਦਾ ਮੂੰਹ ਹੀ ਕਿਸੇ ਚੀਜ਼ ਨਾਲ ਮਿਲਦਾ ਆ ਔਰ ਚੌਰੀਏ ਨੂੰ ਸਮਝਾ ਓਏ ਔਰ ਇੱਧਰ ਹੋ ਜਾ ਤੈਨੂੰ ਫਿਰ ਜਾਣਾ ਇਹਨੇ ਜਿੱਦਾਂ ਤੇਜ਼ ਆ ਚੌਰੀ ਬੜੀ ਜਨਾਨੀ ਮਾਰਨਾ ਇਹ ਹਰਾਮ ਦੇ ਨੇ ਪਤਾ ਨਹੀਂ ਕਿਹੜੀ ਗੋਲੀ ਖਾਧੀ ਸਾਰਾ ਮੂੰਹ ਫੜਾ ਕੀਤਾ ਆ ਤੇਰਾ ਉੱਤੇ ਬੈਣ ਦਿਲ ਕਰਦਾ ਹੋਣਾ ਚੋਰੀ ਫੜੀ ਜਨਾਨੀ ਮਾਰਨਾ ਅਜਾ ਦੀ ਯਾ ਕਰ ਚੌਧਰੀ ਦੀ ਜਨਾਨੀ ਆ ਓਏ ਅਛਾ ਯਾ ਕਰ ਦੇ ਆ ਜਨਾਨੀ ਆ ਬੱਡਾ ਤੇਰਾ ਪੁੱਠੀ ਤੋਏ ਵਰਗਾ ਮੂੰਹ ਓਏ ਜਨਾਨੀ ਆ ਚੌਧਰੀ ਦੀ ਮਾਨਾ ਇਦਾਂ ਦੀ ਔਰਤ ਜੇ ਹੋਟਲ 'ਚ ਜਾਵੇ ਨਾ ਤੇ ਦਰਵਾਜ਼ਾ ਖੋਲ ਦੇ ਗਿਰ ਜਾਂਦੀ ਅਸਲਾਮ ਅਲੈਕਮ ਓ ਮਾਈ ਗੋਡ ਉੱਠ ਕੇ ਕੱਪੜੇ ਕੁਪੜੇ ਝਾੜ ਕੇ ਕੱਚੀ ਨਹੀਂ ਹੁੰਦੀ ਕੋਈ ਨਹੀਂ ਕੋਈ ਬਾਤ ਨਹੀਂ ਮੈਂ ਹਰ ਸਾਲ ਗਿਰਦੀ ਹੁੰਦੀ ਹਾਂ ਬੜੀ ਜਨਾਨੀ ਚਾਹੀ ਮਾਂ ਬੜਾ ਸੜ ਗਿਆ ਐਦਾਂ ਦੀ ਔਰਤ ਲੈਟਰੀ 'ਚ ਉੱਠਣ ਲੱਗੀ ਲੱਗ 'ਚ ਟੂਟੀ ਮਰਵਾ ਲੈਂਦੀ ਆ ਐਦਾਂ ਦੀ ਜਨਾਨੀ ਦਾ ਨਿਆਣਾ ਤਾਂ ਨਹੀਂ ਕੋਈ ਆ ਸਕਦਾ। ਓਕੇ ਓਕੇ ਜੀ ਬੱਚਾ ਜਦੋਂ ਗਲੀ 'ਚੋਂ ਬਾਹਰ ਨਿਕਲਣ ਲੱਗੇ ਤਾਂ ਐਵੇਂ ਲੱਤ ਦੇ ਨਾਲ ਜਿਮੀ ਤੇ ਆ ਜਾਓ ਆ ਜਾਓ ਉਧਰ ਚਲੋ ਉਧਰ ਚਲੋ ਡਸਨ ਓਏ ਹੱਲੀ ਦਾ ਜੰਮ ਜੰਮ ਕੇ ਮੇਰੇ ਤੇ ਸੁੱਟੀ ਜਾਂਦਾ ਪਰ ਲੈ ਓਏ ਬੜਾ ਖਾਤਾ ਮਾਰਨਾ
जी अल्हम्दुलिल्लाह। ऐदा नहीं रक्षा दे विच बैठ भी जावे तो फिर भी थोड़ी जी बाहर ही हुंदी है गल। ओने नहीं मरना सी रक्षा नहीं पूछ लेले क्यों जी ऐदा ही है। ਮਾਨਾ ਬੜੀ ਜਨਾਨੀ ਜਿੱਡਾ ਕਾਦਾ ਨਾ ਇਦਾਂ ਦੀ ਔਰਤ ਐਵੇਂ ਡੈਵੋ ਚੁੱਟ ਕੇ ਰੌਲਾ ਪਾ ਦੇਣੀਆਂ ਵੇ ਡੈਵੋ ਦੇ ਵਿੱਚ ਸਿਗਰਟ ਕਿਹਨੇ ਲਾਇਆ ਵੇ ਤੇ ਕਿਹਨੇ ਲਾਇਆ ਸਿਗਰਟ ਹੈ ਜੇ ਕੋਈ ਬੰਦਾ ਕਹੇ ਨਾ ਮੈਂ ਲਾਇਆ ਉਹਦਾ ਮਾਚਿਸ ਦੇਵੇ ਮੈਂ ਵੀ ਲਾਉਣਾ ਬੜਾ ਖਾਂਦਾ ਜੀ ਕੁੜੀਆਂ ਤੁਸੀਂ ਪਹਚਾਣ ਲਈਆਂ ਮੇਰਾ ਉਹ ਕੌਣ ਜਣੀਆਂ ਕੁੜੀਆਂ ਦੀ ਤੈਨੂੰ ਘਾਟਾ ਕਾਦਾ ਚੌਰੀ ਤੇਰੇ ਕੋਲ ਤਾਂ ਆਪਣੀ ਮਸ਼ੀਨ ਬਹੁਤ ਵੱਡੀ ਆ ਤੈਨੂੰ ਸਮਝ ਨਹੀਂ ਉਹਦੀ ਚੁਸਤ ਕੁੱਤੀ ਨੇ ਮੂੰਹ ਆ ਗਿਆ ताड़िया मारिया आए हो फैसलाबाद का प्यार वेखिया फिर तुम इन्हों का हथियार भी नहीं वेखिया ਇਧਰ ਛੁਰੀਆਂ ਚਾਕੂ ਟੋਕੇ ਬਣਾਉਂਦੇ ਸਹੀ ਆ ਬਾਬਾ ਜੀ 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 ਮੈਂ ਕਹੀ ਸਲਾਮ ਕਰੋ ਜਰਾ ਜ਼ੋਰ ਦੀ ਉੱਚੀ ਆਵਾਜ਼ ਨਾਲ ਉੱਚੀ ਅਸਲਾਮ ਅਲੈਕੁਮ ਭਾਈ ਜੀ ਆਵਾਜ਼ ਆ ਰਹੀ ਆ ਨਹੀਂ ਆ ਰਹੀ ਤੇ ਇਧਰ ਆ ਤੁਹਾਨੂੰ ਸ਼ਾਪਰ ਚ ਪਾ ਦਈਏ ਅੱਛਾ ਜਲਾਲ ਜੀ ਮੈਨੂੰ ਦੱਸੋ ਨਾ ਕਿ ਪਿੱਛੇ ਵਾਲੇ ਕੌਣ ਨੇ ਆਹ ਜਿਹੜੇ ਪਿੱਛੇ ਵਾਲੇ ਬੰਦੇ ਨੇ ਇਹ ਨਾ ਤੁਸੀਂ ਸਮਝਣਾ ਕਿਤੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਇਹ ਪਿੱਛੇ ਦੇ ਸ਼ੁਕੀਨ ਨੇ ਹੈ ਹਾਂਜੀ ਅੱਛਾ ਤੇ ਅੱਗੇ ਵਾਲੇ ਬੰਦੇ ਹੈਗੇ ਮਹਿੰਗੀਆਂ ਟਿਕਟਾਂ ਵਾਲੇ ਇਹ ਅੱਗੇ ਦੇ ਸ਼ੁਕੀਨ ਨੇ जिन्हें भी बैठे ने काबली भूंड बैठे विच विच ठरकौले ने तू ते चंगी भली कुड़ी है ते नाती कुकड़ी वेल उत्ते कपड़ा पा के उन्हें घेर दिंदे ने कच्चा पक्का रूट चला लेंगे परेशान नहीं होना बड़े शरीफ ने इन्हों का कोई कसूर नहीं ऐनक क्यों लगी हथा दया की अखा के आई निकली मोकली बाबे का गुस्सा नहीं करना यह नरगस का मुंडा है लॉकडाउन च पैदा होया छोटा वा ओदा भी गुस्सा नहीं करना क्यों ओ नरगस दा छोटा मुंडा ओ हालात डाउन च पैदा होया अच्छा गुस्सा जो करना तू भी अपनी मां जी जाके हलाशेरी दे ओनु हलाशेरी मैं कहता तो दो बाबा जी कुड़िए काका चाहिदा काका काका चाहिदा बाबा जी ए काका किन्ने को पौंड दा चाहिदा तन्नू है असि सन तन्न देख के दसांगे तन्नू काका क्यों नहीं हुंदा ऐसे कुम के बहादर कुम के बहादर बाबा जी नु असि देखना चाहने हां तेरीयां गरारियां पूरियां चलदियां अच्छा इत्थे आ इत्थे आ इत्थे इत्थे ही कर ਇੱਥੇ ਕਰ ਜਿੱਥੇ ਬਾਬੇ ਦੀ ਅੰਮੀ ਕਰਦੀ ਰਹੀ ਇੱਥੇ ਕਰ ਇੱਕ ਗੱਲ ਬੱਚਾ ਇਹਨਾਂ ਬਣਾਣਾ ਵੈਰੀ ਗੁੱਡ ਇਹ ਬਾਬੇ ਤੋਂ ਪਰੇਸ਼ਾਨ ਨਹੀਂ ਹੋਣਾ ਬਾਬਾ ਬੜਾ ਚੰਗਾ ਬਾਬਾ ਆਪਣੀ ਬੁੱਢੀ ਨੂੰ ਕਹਿੰਦਾ ਜਾਨੂ ਜੇ ਮੈਂ ਹਕੂਮਤ ਚ ਹੁੰਦਾ ਮੈਂ ਹਕੂਮਤ ਬਦਲ ਦਿੰਦਾ